ਕੈਪੀਟਲ ਟਾਊਨ ਦੇ ਵਿੱਚ ਬੀਤੇ ਦੀ ਇੱਕ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਬੀਤੇ ਰਾਤ ਇੱਕ ਆਕਲੈਂਡ ਦਾ ਉਹ ਸ਼ਖਸ ਜਿਹੜਾ ਕਾਫੀ ਮਸ਼ਹੂਰ ਹੈਗਾ ਆ, ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਿੱਖ ਗੁਰੂਆਂ ਦੇ ਵਿਰੁੱਧ ਕਿਸਾਨ ਮੋਰਚੇ ਦੇ ਖਿਲਾਫ ਹੋਵੇ, ਭਾਵੇਂ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਦੇ ਜਿਹੜੇ ਕੇਸ ਆ ਉਹ ਸਾਹਮਣੇ ਆਏ ਸੀ। ਉਸ ਵਿਅਕਤੀ ਦੇ ਉੱਤੇ ਜਿਹੜਾ ਹੈਗਾ ਆ ਬੀਤੀ ਰਾਤ ਕੁਛ ਅਣਪਛਾਤੇ ਲੋਕਾਂ ਦੇ ਵੱਲੋਂ ਜਿਹੜਾ ਆ ਉਹ ਹਮਲਾ ਕੀਤਾ ਗਿਆ ਹੈਗਾ ਆ। ਪੂਰੇ ਜਿਹੜਾ ਵਿਸ਼ਵ ਦੇ ਵਿੱਚ ਇਹ ਖਬਰ ਪਹੁੰਚੀ ਹੋਈ ਹੈਗੀ ਆ। ਪੁਲਿਸ ਵੱਲੋਂ ਐਟ ਦਾ ਮੂਮੈਂਟ ਨਾਮ ਨਾ ਰਿਲੀਜ਼ ਹੋਣ ਕਾਰਨ ਮੈਂ ਉਸ ਸ਼ਖਸ ਦਾ ਨਾਮ ਨਹੀਂ ਲੈ ਸਕਦਾ, ਪਰ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਜਾਂ ਭਾਰਤੀ ਭਾਈਚਾਰਾ ਉਸ ਸ਼ਖਸ ਦੇ ਨਾਲ ਪੂਰਾ ਜਿਹੜਾ ਹੈਗਾ ਆ ਉਹਦਾ ਨਾਮ ਪਤਾ ਹੈਗਾ ਆ, ਅਤੇ ਉਸਦੇ ਉੱਤੇ ਬੀਤੇ ਦਿਨੀ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਹੈਗਾ ਆ ਉਹ ਹਮਲਾ ਹੋਇਆ ਹੈਗਾ ਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਹੈਗਾ ਆ ਐਟ ਦਾ ਮੂਮੈਂਟ ਸੀਰੀਅਸ ਜਿਹੜਾ ਹੈਗਾ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ, ਅਤੇ ਮਿਡਲਮੋਰ ਹੋਸਪਿਟਲ ਦੇ ਵਿੱਚ ਜਿਹੜੀ ਹੈਗੀ ਆ ਉਹ ਸਰਜਰੀ ਚੱਲ ਰਹੀ ਆ। ਪੁਲਿਸ ਵੱਲੋਂ ਜਿਹੜਾ ਹੈਗਾ ਕੋਡਨ ਆਫ ਕੀਤਾ ਹੋਇਆ ਹੈਗਾ ਆ, ਅਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਆ ਪੁਲਿਸ ਦੀ ਫੋਰੈਂਸਿਕ ਟੀਮ ਹੈਗੀ ਆ ਉਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਜਿਹੜੀ ਹੈਗੀ ਕੀਤੀ ਜਾ ਰਹੀ ਆ। ਪੌਸ਼ ਏਰੀਆ ਦੇ ਵਿੱਚ ਉਸ ਇਨਸਾਨ ਦਾ ਜਿਹੜਾ ਹੈਗਾ ਘਰ ਤੁਸੀਂ ਦੇਖ ਸਕਦੇ ਹੋ, ਅਤੇ ਕਾਫੀ ਜਿਹੜੀ ਭੱਦੀ ਸ਼ਬਦਾਵਲੀ ਬੀਤੇ ਦਿਨੀ ਵੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿਹੜੀ ਹੈਗੀ ਉਹ ਵਰਤੀ ਗਈ ਸੀਗੀ। ਉਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਜਿਹੜੀ ਹੈਗੀ ਕਾਫੀ ਨਿਰਾਸ਼ਾ ਵੀ ਪਾਈ ਜਾ ਰਹੀ ਸੀਗੀ। ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਸਾਰੇ ਘਟਨਾਕ੍ਰਮ ਦੀ ਜਿਹੜੀ ਪਿੱਠ ਭੂਮੀ ਹੈਗੀ ਉਹ ਵੀ ਜ਼ਰੂਰ ਪਤਾ ਹੈਗੀ ਆ, ਅਤੇ ਪਰ ਇੱਥੋਂ ਦੇ ਕਾਨੂੰਨ ਦਾ ਸਹਾਰਾ ਲੈ ਕੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਜਿਹੜਾ ਹੈਗਾ ਆ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨ ਤੋਂ ਜਿਹੜਾ ਇਸ ਮਾਮਲੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਆ, ਅਤੇ ਲੋਕਾਂ ਦੇ ਵਿੱਚ ਜਿਹੜਾ ਰੋਸ ਜਾਗਦਾ ਹੈਗਾ। ਪੁਲਿਸ ਵੱਲੋਂ ਸਮੇਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਠੀਕ ਹੈ ਜੀ। ਅਤੇ ਨਾਲ ਨਾਲ ਜਿਹੜਾ ਹੈਗਾ ਇੱਥੋਂ ਦਾ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਦੇ ਵੱਲੋਂ ਵੱਖ ਵੱਖ ਸਮੇਂ ਦੇ ਉੱਤੇ ਜਿੰਨਾ ਉਹਨਾਂ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਇਸ ਇਨਸਾਨ ਨੂੰ ਜਿਹੜੀ ਪੈਨਲਟੀ ਹੈਗੀ ਆ, ਜੁਰਮਾਨੇ ਹੈਗੇ ਨੇ ਉਹ ਜ਼ਰੂਰ ਲਗਾਏ ਗਏ ਨੇ, ਪਰ ਉਹ ਇੰਨੇ ਕਾਰਗਰ ਸਿੱਧ ਨਹੀਂ ਹੋਏ ਕਿ ਇਸ ਇਨਸਾਨ ਨੂੰ ਰੋਕਿਆ ਜਾ ਸਕੇ। ਅਤੇ ਬੀਤੇ ਦਿਨ ਇਸ ਦਾ ਜਿਹੜਾ ਸਾਹਮਣੇ ਇਹ ਘਟਨਾ ਆਈ ਕਿ ਇਸ ਦੇ ਉੱਤੇ ਜਿਹੜਾ ਹਮਲਾ ਸੀਰੀਅਸ ਰੂਪ ਦੇ ਵਿੱਚ ਹੋਇਆ। ਇਸ ਤੋਂ ਪਹਿਲਾਂ ਕੁਛ ਸਮੇਂ ਪਹਿਲਾਂ ਇੱਕ ਜਿਹੜਾ ਹਮਲਾ ਆ ਉਹ ਛੋਟੇ ਪੱਧਰ 'ਤੇ ਹੋਇਆ ਸੀਗਾ, ਪਰ ਉਸ ਸਮੇਂ ਦੇ ਉੱਤੇ ਕੋਈ ਏਦਾਂ ਪੁਲਿਸ ਨੇ ਫਿਰ ਵੀ ਉਸ ਸਮੇਂ ਦੇ ਉੱਤੇ ਕੋਈ ਏਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ, ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਗੱਲਬਾਤ ਇਸ ਇਨਸਾਨ ਨੂੰ ਸਮਝਾਈ ਗਈ ਕਿ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਇਸ ਪੱਧਰ ਤੱਕ ਨਾ ਜਾਇਆ ਜਾਵੇ ਕਿ ਤੁਹਾਡੀ ਜਾਨ ਦਾ ਜਿਹੜਾ ਖੌਫ ਆ ਉਹ ਬਣ ਜਾਵੇ। ਅਤੇ ਅੱਜ ਉਹੀ ਘਟਨਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ। ਇਨਸਾਨ ਦੀ ਗੱਡੀ ਸਾਹਮਣੇ ਖੜੀ ਹੈਗੀ ਆ, ਜਿਹੜੀ ਗੱਡੀ ਬਾਰੇ ਵੀ ਲੋਕ ਭਲੀ ਭਾਤੀ ਜਾਣਦੇ ਹੈਗੇ ਆ, ਅਤੇ ਇਨਸਾਨ ਬਾਰੇ ਵੀ ਜਾਣਦੇ ਹੈਗੇ ਆ, ਪਰ ਕੁਛ ਜਿਹੜੀ ਰਿਸਟ੍ਰਿਕਸ਼ਨ ਪੁਲਿਸ ਵੱਲੋਂ ਲਗਾਈ ਗਈ ਨੇਮ ਸਪਰੈਸ਼ਨ ਹੋਣ ਕਰਕੇ ਮੈਂ ਉਸਦਾ ਨਾਮ ਨਹੀਂ ਲੈ ਸਕਦਾ, ਪਰ ਲੋਕ ਜ਼ਰੂਰ ਜਾਣਦੇ ਹੈਗੇ ਕੌਣ ਹੈਗਾ ਆ ਉਹਦੇ ਉੱਤੇ ਬੀਤੀ ਰਾਤ ਜਿਹੜਾ ਹੈਗਾ ਹਮਲਾ ਹੋਇਆ ਹੈਗਾ ਮਿਡਲ ਮੋੜ ਦੇ ਵਿੱਚ ਹੈਗਾ ਆ। ਅਤੇ ਘਟਨਾ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਹੈਗੀ ਆ, ਕਿਉਂਕਿ ਵੱਖ ਵੱਖ ਦੇਸ਼ਾਂ ਦੇ ਉੱਤੇ ਲੋਕ ਜਿਹੜੇ ਹੈਗੇ ਨੇ ਉਹ ਕਾਲਾਂ ਕਰਕੇ ਪੁੱਛ ਰਹੇ ਨੇ ਕਿ ਇਹ ਘਟਨਾ ਸੱਚ ਆ, ਅਤੇ ਇੱਥੇ ਘਟਨਾ ਦੀ ਜਿਹੜੀ ਪੁਸ਼ਟੀ ਆ ਉਹ ਅਸੀਂ ਕਰਦੇ ਹੈਗੇ ਹਾਂ ਕਿ ਵਾਕਈ ਜਿਹੜਾ ਹਮਲਾ ਹੈਗਾ ਆ ਉਸ ਇਨਸਾਨ ਦੇ ਉੱਤੇ ਹੋਇਆ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਕਿ ਇਸ ਘਟਨਾ ਦੇ ਪਿੱਛੇ ਕੌਣ ਹੈਗੇ ਨੇ, ਅਤੇ ਜਿਹੜੇ ਸਾਰੇ ਲੋਕਾਂ ਨੂੰ ਸਾਹਮਣੇ ਪਤਾ ਹੀ ਹੈਗਾ ਕਿ ਇਸ ਘਟਨਾ ਦਾ ਕਾਰਨ ਕੀ ਹੈਗਾ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਬੋਲਣ ਦੀ ਆਜ਼ਾਦੀ ਅਤੇ ਤੁਸੀਂ ਕਿਸ ਹੱਦ ਤੱਕ ਵਿਚਾਰ ਜਾਂ ਵਟਾਂਦਰਾ ਕਰ ਸਕਦੇ ਹੋ। ਬੋਲਣ ਦੀ ਆਜ਼ਾਦੀ ਇਹ ਤੁਹਾਨੂੰ ਨਹੀਂ ਇਜਾਜ਼ਤ ਦਿੰਦੀ ਕਿ ਤੁਸੀਂ ਕਿਸੇ ਦੇ ਉੱਤੇ ਜਿਹੜੀ ਇੰਨੀ ਜ਼ਿਆਦਾ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੋ ਅਤੇ ਤੁਹਾਡੇ ਜਾਣ ਦਾ ਖੌਫ ਬਣ ਜਾਵੇ।